ਸ਼੍ਰੀ ਅਗਾਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਜੋਤੀ ਨੂਰਾ ਤੇ ਉਸ ਦਾ ਘਰ ਵਾਲਾ ਖੁਸ਼ੀ-ਖੁਸ਼ੀ ਹੋਏ ਇੱਕ ਲਗਾਤਾਰ ਚੱਲੀ ਤੂੰ ਤੂੰ ਮੈਂ ਮੈਂ ਦਾ ਅਸਲ ਸੱਚ ਆ ਗਿਆ ਸਾਹਮਣੇ ਪ੍ਰੈਸ ਕਾਨਫਰੰਸ ਦੀਆਂ ਗੱਲਾਂ ਸੁਣ ਕੇ ਸਾਰੇ ਫੈਨ ਵੀ ਹੋ ਗਏ ਹੈਰਾਨ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੋ ਮਿਲੀ ਜਾਣਕਾਰੀ ਦੇ ਮੁਤਾਬਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਨੂਰਾ ਸਿਸਟਰ ਨੇ ਤੁਸੀਂ ਸਾਰਿਆਂ ਨੇ ਗਾਣੇ ਉਹਨਾਂ ਦੇ ਸੁਨੇ ਹੋਣਗੇ ਤੁਸੀਂ ਬਹੁਤ ਜ਼ਿਆਦਾ ਉਹਨਾਂ ਦੇ ਗਾਣੇ ਤੇ ਉਹਨਾਂ ਦੀਆਂ ਵੀਡੀਓਜ਼ ਨੂੰ ਵੇਖਿਆ ਹੋਵੇਗਾ ਕਈ ਸੂਹਾਂ ਦੇ ਵਿੱਚ ਸਾਡੇ ਗਏ ਹੋਣਗੇ ਕਿ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਜਿਸ ਦੇ ਵਿੱਚ ਜੋਤੀ ਨੂਰਾ ਬਲੋਗ ਜਿਨ੍ਹਾਂ ਦੇ ਵੱਲੋਂ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਮਾਮਲਾ ਸਾਹਮਣੇ ਆਇਆ ਜੋਤੀ ਨੂਰਾ ਬਲੋਗ ਆਪਣੇ ਘਰ ਵਾਲੇ ਤੇ ਇੱਕ ਕੇਸ ਦਰਜ ਕਰ ਦਿੱਤਾ ਜਾਂਦਾ ਸੋਸ਼ਲ ਮੀਡੀਆ ਤੇ ਕਿ ਆ ਗਿਆ ਕਿ ਮੇਰਾ ਘਰ ਵਾਲਾ ਮੈਨੂੰ ਤੰਗ ਪ੍ਰੇਸ਼ਾਨ ਕਰਦਾ ਮੈਨੂੰ ਮਾਰਦਾ ਜਿਸ ਤੋਂ ਬਾਅਦ ਉਸ ਦੇ ਵੱਲੋਂ ਹੋਰ ਵੀ ਬਹੁਤ ਸਾਰੇ ਅਲੀਗੇਸ਼ਨ ਆਪਣੇ ਘਰ ਵਾਲੇ ਉੱਤੇ ਲਾਏ ਜਾਂਦੇ ਨੇ ਕਿ ਨਸ਼ੇ ਕਰਦਾ ਹੈ ਕਈ ਤਰ੍ਹਾਂ ਦੀਆਂ ਗੱਲਾਂ ਕਹਿ ਦਿੱਤੀਆਂ ਜਾਂਦੀਆਂ ਨੇ ਜੋ ਬੜੀਆਂ ਹੈਰਾਨ ਕਰ ਦੇਣ ਵਾਲੀਆਂ ਨੇ ਜਿਸ ਨੇ ਕਿਹਾ ਕਿ ਸ਼ੂ ਦੇ ਵਿੱਚ ਮੇਰੇ ਤੋਂ ਪੈਸੇ ਮੰਗਦਾ ਜਾਂ ਫਿਰ ਮੈਨੂੰ ਮਾਰਦਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਨਿਕਲ ਕੇ ਆਈਆਂ ਨੇ ਸਭ ਹੋਣ ਦੇ ਬਾਵਜੂਦ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜੁੱਤੀ ਨੂਰਾ ਦੇ ਵੱਲੋਂ ਅੱਜ ਆਪਣਾ ਕੇਸ ਨੂੰ ਵਾਪਸ ਲੈ ਲਿਆ ਗਿਆ ਪ੍ਰੈਸ ਕਾਨਫਰੰਸ ਕਰਦੇ ਹੋਏ ਕਿ ਸਾਡੇ ਵਿਚਕਾਰ ਹੁਣ ਕਿਸੇ ਤਰ੍ਹਾਂ ਦੀ ਕੋਈ ਲੜਾਈ ਨਹੀਂ ਜੋ ਸਾਡੇ ਦੇ ਵਿੱਚ ਉਹ ਜਿਹੜੀ ਗਲਤਫਹਿਮੀਆਂ ਹੋ ਚੁੱਕੀਆਂ ਸੀ ਉਹ ਅਸੀਂ ਅੰਡਰਸਟੈਂਡਿੰਗ ਗਲਤ ਹੋ ਚੁੱਕੀਆਂ ਸੀ ਉਹ ਅਸੀਂ ਠੀਕ ਕਰ ਲਿਆ ਨੇ ਪਰ ਇਸ ਚੀਜ਼ ਨੂੰ ਲੈ ਕੇ ਪੱਤਰਕਾਰਾਂ ਵੱਲੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਆਖਰਕਾਰ ਤੁਸੀਂ ਸਾਡਾ ਵਕਤ ਕਿਉਂ ਬਰਬਾਦ ਕੀਤਾ ਜੇ ਤੁਸੀਂ ਇਕੱਠੇ ਹੀ ਹੋਣਾ ਸੀ ਫਿਰ ਤੁਸੀਂ ਸਮਝੌਤਾ ਕਰਨਾ ਸੀ ਤੇ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਕਿਉਂ ਬੋਲੇ ਕਿ ਮੇਰਾ ਘਰ ਵਾਲਾ ਨਸ਼ੇ ਕਰਦਾ ਜਾਂ ਉਸ ਦੇ ਉੱਤੋਂ ਪੈਸੇ ਲੈਣੇ ਜਾਂ ਕੋਈ ਵੀ ਚੀਜ਼ਾਂ ਮਾਰਦਾ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਕਿਉਂ ਰੱਖੀਆਂ ਸੀ ਇਸ ਪ੍ਰੈਸ ਕਾਨਫਰੈਂਸ ਦੇ ਨਾਲ ਪ੍ਰੈਸ ਦਾ ਮਿਸਯੂਜ਼ ਕੀਤਾ ਉਹਨਾਂ ਦੇ ਵੱਲੋਂ ਕਿਹਾ ਕਿ ਸਾਡੇ ਕੁਵਿਚਕਰ ਕੁਝ ਵੀ ਨਹੀਂ ਬਚਣਾ ਜੇਕਰ ਪੱਤਰਕਾਰ ਸਾਡਾ ਸਾਥ ਨਹੀਂ ਦਿੰਦੇ ਬਾਕੀ ਦੀ ਜਾਣਕਾਰੀ ਤੁਸੀਂ ਚੈਨਲ ਤੇ ਪਾਈ ਹੋਈ ਵੱਡੀ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਤੁਹਾਨੂੰ ਪੂਰੀ ਡਿਟੇਲ ਦੇ ਪਤਾ ਲੱਗ ਜਾਵੇਗੀ ਧੰਨਵਾਦ